ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅੱਜ ਸਵੇਰੇ ਅਚਾਨਕ ਤਬੀਅਤ ਖਰਾਬ ਹੋਈ ਹੈ, ਜਿਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਅਸੀਂ ਇਸ ਵਕਤ ਹਸਪਤਾਲ ਵਿੱਚ ਮੌਜੂਦਾ ਤਸਵੀਰਾਂ ਦਿਖਾ ਦਈਏ ਕਿ ਇਸ ਹਸਪਤਾਲ ਵਿੱਚ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਲਾਜ ਲਈ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਹਨਾਂ ਨੂੰ ਮਾਈਨਰ ਅਟੈਕ ਆਇਆ ਅਤੇ ਅਟੈਕ ਤੋਂ ਬਾਅਦ ਉਹਨਾਂ ਦੇ ਦੋ ਸਟੰਟ ਪਾਏ ਗਏ ਨੇ। ਉਹਨਾਂ ਦੀ ਇੱਕ ਜਿਹੜੀ ਬਲੋਕੇਜ ਪੈਪ ਆ, ਜਿਹੜੀ ਮੁਕੰਮਲ ਬਲੋਕੇਜ ਆਈ ਹੈ, ਜਿਸ ਕਰਕੇ ਦੋ ਸਟੰਟ ਪਾਏ ਗਏ ਨੇ। ਅਤੇ ਹੁਣ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਸਮੇਤ ਕਈ ਅਕਾਲੀ ਆਗੂ ਨੇ ਜਿਹੜੇ, ਉਹਨਾਂ ਦਾ ਪਤਾ ਲੈ ਕੇ ਗਏ ਨੇ, ਉਹਨਾਂ ਦਾ ਹਾਲ ਚਾਲ ਪੁੱਛਿਆ। ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਹਾਲਤ ਆ ਜਿਹੜੀ ਹੁਣ ਠੀਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਨਾਲ ਡਾਕਟਰਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ 24 ਘੰਟੇ ਬਾਅਦ ਆ ਜਿਹੜਾ ਇੱਥੋਂ ਸ਼ਿਫਟ ਕਰ ਦਿੱਤਾ ਜਾਵੇਗਾ, ਘਰੇ ਆ ਜਿਹੜੀ ਛੁੱਟੀ ਉਹਨਾਂ ਨੂੰ ਦੇ ਦਿੱਤੀ ਜਾਵੇਗੀ। ਨਾਲ ਹੀ ਉਹਨਾਂ ਦੀ ਜਿਹੜੀ ਹਾਲਤ ਆ ਹੁਣ ਠੀਕ ਦੱਸੀ ਜਾ ਰਹੀ ਹੈ। ਦੇਖੋ, ਮਨਪ੍ਰੀਤ ਸਿੰਘ ਬਾਦਲ ਇੱਕ ਇਹੋ ਜਿਹਾ ਇਨਸਾਨ ਹੈ ਜਿਹੜਾ ਬੜੀ ਸੈਰ ਕਰਦਾ, 10-12 ਕਿਲੋਮੀਟਰ ਰੋਜ਼ ਸੈਰ ਕਰਦਾ, ਫਿਰ ਖਾਣ ਪੀਣ ਉਹਦਾ ਇੰਨਾ ਫਿੱਟ ਹੈ ਕਿ ਕੋਈ ਗਲਤ ਚੀਜ਼ ਨਹੀਂ ਖਾਂਦਾ। ਪਰ ਜੀ, ਇਹੋ ਜਿਹੇ ਬੰਦੇ ਨੂੰ ਵੀ ਵੇਖੋ ਹਾਰਟ ਅਟੈਕ ਹੋ ਜਾਂਦਾ, ਜਾਂ ਜਿਵੇਂ ਡਾਕਟਰਾਂ ਨੇ ਦੱਸਿਆ ਵੀ ਉਹਦੀ ਇੱਕ ਨਾੜ ਪੂਰੀ ਬਲਾਕ ਹੈ, ਅਤੇ ਸੁਬਾਹ 11 ਵਜੇ ਉਹ ਕਹਿੰਦੇ ਮੈਨੂੰ ਦਰਦ ਹੋਇਆ ਬਹੁਤ, ਅਤੇ ਮੈਨੂੰ ਡਾਕਟਰ ਨਾਲ ਗੱਲ ਕੀਤੀ, ਡਾਕਟਰ ਕਹਿੰਦੇ ਵੀ ਅਸੀਂ ਤੇਰੇ ਕੋਲ ਹੀ ਆ ਜਾਂਦੇ ਹਾਂ, ਪਰ ਉਹ ਕਹਿੰਦੇ ਵੀ ਨਹੀਂ ਅਸੀਂ ਆ ਜਾਂਦੇ ਹਾਂ। ਅਤੇ ਉਸ ਵੇਲੇ ਉਹਨੂੰ ਤਾਂ ਉੱਠਿਆ ਵੀ ਨਹੀਂ ਸੀ ਜਾਂਦਾ, ਫਿਰ ਸਾਰਿਆਂ ਨੇ ਹਿੰਮਤ ਹਿੰਮਤ ਕਰਕੇ ਇੱਥੇ ਲਿਆਂਦਾ, ਹੁਣ ਸਾਰੇ ਟੈਸਟ ਹੋ ਗਏ ਨੇ, ਹੁਣ ਸਥਿਰ ਹੈ ਬਿਲਕੁਲ, ਅਸੀਂ ਗੱਲਾਂ ਬਾਤਾਂ ਕਰਕੇ ਆਏ ਹਾਂ, ਮਿਲ ਕੇ ਪੂਰੀਆਂ ਗੱਲਾਂ ਬਾਤਾਂ ਕਰਕੇ ਆਏ ਹਾਂ। ਠੀਕ ਹੈ, ਡਾਕਟਰ ਸਾਹਿਬ, ਡਾਕਟਰ ਤੋਂ ਇਜਾਜ਼ਤ ਲੈ ਕੇ ਡਾਕਟਰ ਨੇ ਹੀ ਸਾਡੀ ਗੱਲਬਾਤ ਕਰਾਈ ਅਤੇ ਹੁਣ ਪੂਰਾ ਠੀਕ ਠਾਕ। ਕੌਣ ਕੌਣ ਮਿਲ ਗਏ? ਸੁਖਬੀਰ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਹੋ ਗਿਆ, ਮੈਂ ਹੋ ਗਿਆ, ਨਾਲ ਆਪਣਾ ਬੰਟੀ ਰਮਾਣਾ ਜੀ ਹੋ ਗਏ, ਨੋਨੀ ਮਾਨ ਜੀ ਹੋ ਗਏ, ਬੋਬੀ ਬਾਦਲ ਜੀ ਹੋ ਗਏ। ਹਾਂ, ਡਾਕਟਰ ਸਾਹਿਬ ਨਾਲ ਪੂਰੀਆਂ ਹੁਣ ਗੱਲਾਂ ਕਰਕੇ ਆਇਆ, ਛੁੱਟੀ ਤਾਂ ਨਹੀਂ ਅਸੀਂ ਪੁੱਛਿਆ ਛੁੱਟੀ ਬਾਰੇ, ਮੈਂ ਤੁਹਾਨੂੰ ਕਹਿ ਦਈਏ। ਵੈਸੇ ਉਹ ਕਹਿੰਦੇ ਠੀਕ ਠਾਕ ਆ, ਓਕੇ ਆ, ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਜਿਹੜੀ ਬੰਦ ਆ ਇੱਕ ਨਾੜ, ਉਹਦੇ ਬਾਰੇ ਸੋਚਣਾ ਵੀ ਅਸੀਂ ਕੀ ਕਰਨਾ। ਸਰ, ਜਿਵੇਂ ਤਬੀਅਤ ਦੀ ਗੱਲ ਕਰੀਏ ਤਾਂ ਕਦੋਂ ਕਦੀ ਤਬੀਅਤ ਉਹਨਾਂ ਦੀ ਖਰਾਬ ਚੱਲ ਰਹੀ ਸੀ? ਨਹੀਂ, ਉਹ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ। ਜਿਹੜਾ ਬੰਦਾ ਰੋਜ਼ 10-12 ਕਿਲੋਮੀਟਰ ਸੈਰ ਕਰਦਾ, ਖਾਣ ਪੀਣ ਦਾ ਬਹੁਤ ਪਰਹੇਜ਼ ਕਰਦਾ, ਕੋਈ ਇਹੋ ਜਿਹੀ ਚੀਜ਼ ਖਾਂਦਾ ਨਹੀਂ, ਅਤੇ ਜੇ ਉਹਨੂੰ ਵੀ ਇਹ ਪ੍ਰੋਬਲਮ ਆ ਜਾਂਦੀ, ਹੁਣ ਆਪਾਂ ਵੇਖ ਲਓ, ਬਾਕੀ ਤਾਂ ਸਾਰੇ ਮੈਨੂੰ ਲੱਗਦਾ ਆਪਣੇ 'ਚੋਂ ਕੋਈ ਵੀ ਨਹੀਂ ਇੰਨੀ ਸੈਰ ਸੂਰ ਕਰਦਾ ਗਾ, ਅਤੇ ਨਾ ਖਾਣ ਪੀਣ ਦਾ ਆਪਾਂ ਤੋਂ ਇੰਨਾ ਪਰਹੇਜ਼ ਰੱਖਿਆ ਜਾਂਦਾ ਜਿੰਨੀ ਉਹ ਰੱਖਦੇ ਸੀਗੇ, ਅਤੇ ਫਿਰ ਵੀ ਹੋ ਜਾਣਾ, ਤਾਂ ਫਿਰ ਸਮਝੋ ਬਾਹਰ ਹੀ ਗੱਲ ਆ ਇਹ, ਵੀ ਕਿੱਥੇ ਕਿਵੇਂ ਕਾਹਦੇ ਨਾਲ ਹੁੰਦਾ, ਕੀ ਹੁੰਦਾ, ਇਹ ਪਰਮਾਤਮਾ ਦੇ ਉੱਤੇ ਵੀ ਕੋਈ ਚੀਜ਼ਾਂ ਛੱਡਣੀਆਂ ਪੈਂਦੀਆਂ। ਹੋਸਪਿਟਲ 'ਚ ਕਦੋਂ ਆਏ ਜੀ? ਕੀ ਬਸ ਇਹ 11 ਵਜੇ ਉੱਥੇ ਹੋਇਆ, ਇਹਨਾਂ ਨੂੰ ਮੈਨੂੰ ਲੱਗਦਾ ਇੱਥੋਂ 40-35 ਮਿੰਟ ਦਾ ਰਾਹ ਹੈ। ਹਾਂ, 12 ਵਜੇ ਆ ਗਏ ਹੋਣੇ ਬਸ। ਓ ਯਾਰ।